ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਦਾ ਕੱਲ੍ਹ ਦੇਰ ਰਾਤ ਦੇਹਾਂਤ ਹੋ ਗਿਆ। ਮੈਂ ਇਸ ਲਈ ਮੌਜੂਦ ਹਾਂ ਉਹਨਾਂ ਦੇ ਪਿੰਡ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣਾ ਚਾਹੂੰਗਾ ਪਿੰਡ ਦੀਆਂ, ਕਿ ਪਿੰਡ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਹੈਗੀ ਹੈ। ਤਮਾਮ ਪਿੰਡ ਵਾਸੀ ਇੱਥੇ ਪਹੁੰਚ ਰਹੇ ਨੇ। ਕਿਹਾ ਜਾ ਰਿਹਾ ਵਾ ਕਿ ਇਹ ਇਸ ਇਲਾਕੇ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅਤੇ ਉਸ ਦੇ ਨਾਲ ਨਾਲ ਇਹ ਕਾਫੀ ਐਕਟਿਵ ਰਹੇ ਨੇ ਪੰਜਾਬ ਦੇ ਪੋਲੀਟਿਕਸ ਦੇ ਵਿੱਚ, ਅਤੇ ਇਸ ਕਰਕੇ ਵੀ ਇੱਥੇ ਤਮਾਮ ਕਈ ਲੀਡਰਸ਼ਿਪ ਆਉਣ ਦੀ ਜਿਹੜਾ ਵਾ ਅਨੁਮਾਨ ਲਗਾਇਆ ਜਾ ਰਿਹਾ ਵਾ। ਇੱਥੇ ਕੁਛ ਲੀਡਰ ਸਾਹਿਬਾਨ ਪਹੁੰਚੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ, ਤੋਂ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਨੇ। ਸਰ, ਕੀ ਕਹਿਣਾ ਚਾਹੋਗੇ, ਕਿਹੋ ਜਿਹੇ ਰਹੇ ਨੇ ਰਣਜੀਤ ਸਿੰਘ ਤਲਵੰਡੀ, ਔਰ ਕਿਸਦਾ ਇਹਨਾਂ ਦਾ ਦੇਹਾਂਤ ਹੋਇਆ, ਕੁਛ ਪਤਾ ਲੱਗ ਸਕਿਆ? ਅਸੀਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ, ਸਾਨੂੰ ਤਾਂ ਸਿਆਸਤ ਵਿੱਚ ਲੈ ਕੇ ਆਉਣ ਵਾਲੇ ਉਂਗਲ ਫੜ ਕੇ ਸਰਦਾਰ ਰਣਜੀਤ ਸਿੰਘ ਤਲਵੰਡੀ ਸੀਗੇ। ਟਕਸਾਲੀ ਪਰਿਵਾਰ ਆ, ਜਿਹਦਾ ਜਗਦੇਵ ਸਿੰਘ ਤਲਵੰਡੀ ਸਾਰੇ ਆਪਾਂ ਜਾਣਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਰਹੇ ਨੇ। ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਇਹਨਾਂ ਨੇ ਉਹਨਾਂ ਦੀ ਵਿਰਾਸਤ ਨੂੰ ਕਾਇਮ ਰੱਖਿਆ। ਆਮ ਲੋਕਾਂ ਦੀ ਬਾਂਹ ਫੜਨ ਵਾਲੇ ਸੀ, ਆਮ ਲੋਕਾਂ ਨੂੰ ਲੋਕਾਂ ਦੀ ਭੀੜ 'ਚੋਂ ਚੱਕ ਕੇ ਲੀਡਰ ਬਣਾ ਰਹੇ ਸੀਗੇ। ਉਹ ਬਹੁਤ ਸਾਫ਼ ਸੁਥਰਾ ਜੀਵਨ ਰਿਹਾ, ਪਰ ਸਟਰਗਲ ਬੜੀ ਰਹੀ ਆ। ਹੁਣ ਪਿਛਲੇ 2-3 ਮਹੀਨੇ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸੀਗੇ, ਉਹ ਬਿਮਾਰੀ ਤੋਂ ਰਿਕਵਰ ਨਹੀਂ ਕਰ ਪਾਏ, ਅਤੇ ਕੱਲ੍ਹ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਨੂੰ ਵਿਛੋੜਾ ਦੇ ਗਿਆ। ਇਕੱਲੇ ਰਹਿ ਕੁਟੇ ਨੇ ਪੰਜਾਬ ਦੇ ਵਿੱਚ, ਜਿੱਥੇ ਵੀ ਉਹਨਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਪਿਆਰ ਕਰਨ ਵਾਲੇ ਹੈਗੇ। ਸਾਰਿਆਂ ਦੇ ਮਨ 'ਚ ਬੜਾ ਵੱਡਾ ਦੁੱਖ ਆ। ਅਰਦਾਸ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਦੀ ਨਿੱਘੀ ਗੋਚ। ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਢਾਲ ਲੱਗੀ ਹੈ, ਇੱਕ ਇਹੋ ਜਿਹੇ ਸੀਨੀਅਰ ਲੀਡਰ ਦਾ ਜਾਣਾ। ਬਿਲਕੁਲ, ਪੰਥਕ ਪਰਿਵਾਰ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੂੰ, ਬੜੀ ਵੱਡੀ ਢਾਲ ਲੱਗੀ ਹੈ। ਅਤੇ ਪੰਥ ਨੂੰ, ਪੰਜਾਬੀਅਤ ਦੀ ਗੱਲ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਅੱਜ ਪੰਜਾਬ ਦੇ ਵਿੱਚ ਇੱਕ ਮਤਲਬ ਕਿ ਵੱਡਾ ਪਰਿਵਾਰ ਆ ਜਿਹੜਾ, ਉਸਦੇ ਫਰਜ਼ੰਦ ਦਾ ਐਂ ਤੁਰ ਜਾਣਾ ਬੜਾ ਵੱਡਾ ਘਾਟਾ। ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਇੱਥੇ ਪਹੁੰਚੇ ਨੇ, ਅਤੇ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਵਾ ਕਿ ਕਿਤੇ ਨਾ ਕਿਤੇ ਕਿ ਇੱਕ ਵੱਡਾ ਘਾਟਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ। ਮੇਰੇ ਨਾਲ ਕਿਸਾਨ ਜਥੇਬੰਦੀਆਂ ਦੇ ਉਗਰਾਹਾਂ ਦੇ ਜਿਹੜੇ ਲੀਡਰ ਹੈਗੇ ਨੇ, ਉਹ ਮੇਰੇ ਨਾਲ ਮੌਜੂਦ ਨੇ, ਕਿਉਂਕਿ ਇਹਨਾਂ ਦਾ ਇੱਕ ਸਾਥ ਰਿਹਾ ਵਾ। ਇਹਨਾਂ ਨਾਲ ਉਹਨਾਂ ਨੇ ਕਈ ਜਗ੍ਹਾ 'ਤੇ ਪ੍ਰੋਟੈਸਟ ਕੀਤੇ ਨੇ, ਅਤੇ ਇਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਉਗਰਾਹਾ ਜੀ, ਕਿਵੇਂ ਰਿਹਾ ਰਣਜੀਤ ਜੀ ਦਾ ਸਫ਼ਰ ਤੁਹਾਡੇ ਨਾਲ, ਤੁਹਾਡੇ ਲੀਡਰਸ਼ਿਪ ਦੇ ਨਾਲ? ਕਿਹਾ ਜਾਂਦਾ ਕਿ ਤੁਹਾਡੇ ਬੜੇ ਨੇੜੇਲੇ ਤਾਲੁਕਾਤ ਸੀਗੇ ਉਹਨਾਂ ਦੇ ਨਾਲ। ਹਾਂਜੀ, ਮੈਂ ਕਿਸਾਨ ਯੂਨੀਅਨ ਦੇ ਵਿੱਚ ਆਉਣ ਤੋਂ ਪਹਿਲਾਂ, ਉਗਰਾਹ ਜਥੇਬੰਦੀ ਵਿੱਚ ਕਿਸਾਨ ਅੰਦੋਲਨ ਤੋਂ ਪਹਿਲਾਂ, ਮੈਂ ਲਗਭਗ 3 ਇਲੈਕਸ਼ਨਾਂ ਉਹਨਾਂ ਦੇ ਨਾਲ ਰਿਹਾ। 7, 12, 17 ਅਤੇ 22 ਤੱਕ ਮੈਂ 20 ਤੱਕ ਉਹਨਾਂ ਦੇ ਨਾਲ ਰਿਹਾ। ਪਰ ਇੱਕ ਉਹ ਜਥੇਦਾਰ ਰਣਜੀਤ ਸਿੰਘ ਤਲਵੰਡੀ ਇੱਕ ਉਹ ਸ਼ਖਸੀਅਤ ਸਨ ਜਿਹੜੇ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੇ ਸਪੁੱਤਰ, ਕਿ ਜਿਹੜੇ ਕਹਿਣੀ ਅਤੇ ਕਰਨੀ ਦੇ ਪੱਕੇ ਸੀਗੇ, ਅਤੇ ਜਿਹੜੇ ਕਿਸੇ ਵੀ ਇਨਸਾਨ ਦੀ ਕਿਸੇ ਵੀ ਜਦੋਂ ਉਹਨੂੰ ਕੋਈ ਤਕਲੀਫ ਜਾਂ ਪ੍ਰੋਬਲਮ ਆ ਜਾਂਦੀ ਸੀਗੀ ਹਲਕੇ ਦੇ ਵਿੱਚ, ਤਾਂ ਉਹਨਾਂ ਨੂੰ ਜੇ ਰਾਤ ਦੇ 11 ਅਤੇ ਰਾਤ ਦੇ 12 ਵਜੇ ਵੀ ਫੋਨ ਲਾਉਂਦੇ ਸੀ ਅਤੇ ਉਹਨਾਂ ਦਾ ਫੋਨ ਔਨ ਹੁੰਦਾ ਸੀ। ਆਮ ਲੀਡਰਾਂ ਵਾਂਗੂ ਨਹੀਂ, ਸਿਆਸਤਦਾਨਾਂ ਵਾਂਗੂ ਨਹੀਂ, ਕਿ ਕੋਈ ਫੋਨ ਹੀ ਨਹੀਂ ਚੱਕਦੇ ਹੁੰਦੇ ਜਦੋਂ ਕਿਸੇ 'ਤੇ ਬਿਪਤਾ ਪੈ ਜਾਵੇ। ਪਰ ਇਹਨਾਂ ਦੇ ਇਹ ਖਾਸੀਅਤ ਸੀ ਕਿ 12 ਵਜੇ ਵੀ ਫੋਨ ਜੇ ਚੱਕ ਕੇ ਬੰਦੇ ਦਾ ਪੁੱਛਣਾ ਹਾਲ ਚਾਲ, ਬੈਕ ਕਾਲ ਵੀ ਕਰਨੀ, ਸਵੇਰ ਨੂੰ ਉਹਦੇ ਨਾਲ ਵੀ ਖੜ੍ਹਨਾ। ਪਰ ਇਮਾਨਦਾਰੀ, ਵਫਾਦਾਰੀ ਜਿਹੜੀ ਉਹਨਾਂ ਨੇ ਸਿਖਾਈ, ਅਤੇ ਜਿਹੜੀ ਉਹਨਾਂ ਨੂੰ ਖਾਨਦਾਨੀ 3 ਪੀੜ੍ਹੀਆਂ ਤੋਂ ਮਿਲੀ ਹੋਈ ਆ, ਪਰ ਚਾਹੇ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਗੱਲ ਕਰੀਏ, ਉਹਨਾਂ ਦੇ ਦਾਦਾ ਜੀ ਸ਼ਾਂਗਾ ਸਿੰਘ ਜੀ, ਜੋ ਅਣਵੰਡੇ ਪੰਜਾਬ ਦੇ ਵਿੱਚ ਉਹਨਾਂ ਨੇ ਮਾਲ ਮੰਤਰੀ ਬਣੇ ਸੀ ਉਦੋਂ, ਗਿਆਨੀ ਕਰਤਾਰ ਸਿੰਘ, ਜਿਨ੍ਹਾਂ ਨੂੰ ਉਸ ਟਾਈਮ ਇੱਕ ਮਰਬਾ ਜ਼ਮੀਨ ਦਾ ਦਿੱਤਾ ਸੀ, ਅਤੇ ਉਹ ਅਣਵੰਡਾ ਪੰਜਾਬ ਬਹੁਤ ਵੱਡਾ ਸੀ, ਜਾਂ ਉਹ ਚਾਹੁੰਦੇ ਜਿੰਨੀਆਂ ਮਰਜ਼ੀ ਪ੍ਰੋਪਰਟੀਆਂ ਜਾਂ ਕੁਛ ਵੀ ਬਣਾ ਸਕਦੇ, ਪਰ ਉਹਨਾਂ ਨੇ ਆਪਦਾ ਸਿਦਕ ਰੱਖਿਆ ਪਾਰਟੀ ਲਈ ਅਤੇ ਜਥੇਬੰਦੀ ਲਈ, ਜਿੰਨਾ ਵੀ ਰਹੇ ਆ। ਪਰ ਇਹਨਾਂ ਦੀ ਜੋ ਖਾਸੀਅਤ ਸੀ, ਅੱਜ ਲੋਕ ਇਲਾਕੇ ਦੇ ਲੋਕ ਜੇ ਖੰਨੇ ਚਲੇ ਗਏ, ਅਸੀਂ ਖੰਨੇ ਇਲੈਕਸ਼ਨ ਲੜੀ ਆ 12 ਦੇ ਵਿੱਚ,
ਤਾਂ ਵੀ ਲੋਕ ਇੱਥੋਂ ਦੇ ਉੱਥੇ ਪਹੁੰਚਦੇ ਸੀਗੇ। ਅਸੀਂ ਦੇਖਦੇ ਸੀਗੇ ਲੋਕਾਂ ਨੂੰ ਇਹ ਹੁੰਦਾ ਸੀ ਸਾਡਾ ਮਹਿਬੂਬ ਨੇਤਾ ਜਿਹਨੇ ਇੱਕ ਵਾਰੀ ਗੱਲ ਕਹਿਤੀ ਅਤੇ ਉਹ ਕਰਾ ਕੇ ਉੱਠਦਾ ਸੀ, ਅਤੇ ਅਫਸਰਸ਼ਾਹੀ ਨੂੰ ਵੀ ਇਹ ਪਤਾ ਸੀ ਕਿ ਜਥੇਦਾਰ ਸਾਹਿਬ ਦਾ ਹਿਸਾਬ ਆ ਕਿ ਇਹਨਾਂ ਨੇ ਗਲਤ ਕੰਮ ਕਰਾਉਣਾ ਨਹੀਂ, ਸਹੀ ਕਰਾਉਣਾ ਅਤੇ ਠੂਕ ਕੇ ਕਰਾਉਣਾ ਵਾ। ਅਤੇ ਬਹੁਤ ਹੀ ਘਾਟਾ ਜਿਹੜਾ ਪਰਿਵਾਰ ਨੂੰ ਤਾਂ ਆਪਾਂ ਕਹਿੰਦੇ ਹਾਂ, ਕਿਉਂਕਿ ਰਣਜੀਤ ਸਿੰਘ ਦੇ ਜਦੋਂ 2015 'ਚ ਲੋਹਪੁਰ ਜਥੇਦਾਰ ਜਗਦੇਵ ਸਿੰਘ ਤਲਵੰਡੀ 'ਚ ਚਲੇ ਗਏ, ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਦਾ ਪੁੱਤਰ ਜਗਤੇਸ਼ਵਰ, ਉਹ ਬਹੁਤ ਵੱਡੀ ਸੱਟ ਲੱਗੀ 22 ਸਾਲ ਦੀ ਉਮਰ ਦੇ ਵਿੱਚ, ਉਹ ਵੱਡੀ ਸੱਟ ਲੱਗੀ। ਫਿਰ ਮਾਤਾ ਜੀ ਮਹਿੰਦਰ ਕੌਰ ਤਲਵੰਡੀ, ਉਹ ਵੀ ਚਲੇ ਗਏ, ਅਤੇ ਅੱਜ ਇਹ ਪਰਿਵਾਰ ਦੀ ਮਤਲਬ ਕਿ ਥੰਮ ਡਿੱਗ ਗਿਆ। ਬਹੁਤ ਬੋਲ ਨਹੀਂ ਹੈਗੇ ਕਿ ਕੀ ਕਹੀਏ ਕਿ ਇੱਕ ਇਹੋ ਜਿਹਾ ਨੇਤੇ ਨਹੀਂ ਵਾਰ ਵਾਰ ਜੰਮਣੇ, ਮਾਮਾ ਦੇ ਪੁੱਤ ਜਥੇਦਾਰ ਰਣਜੀਤ ਸਿੰਘ ਤਲਵੰਡੀ ਵਰਗੇ, ਜਿਨ੍ਹਾਂ ਨੇ ਬਹੁਤ ਵਧੀਆ ਜਿੰਨਾ ਵੀ ਸਮਾਂ ਅਸੀਂ ਇਹਨਾਂ ਨਾਲ ਬਿਤਾਇਆ ਬਹੁਤ ਵਧੀਆ ਬਿਤਾਇਆ। ਅਤੇ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਿੱਥੇ ਵੀ ਹੋ ਇਮਾਨਦਾਰੀ ਡਟ ਕੇ ਵਫਾਦਾਰੀ ਨਾਲ ਰਹਿਣਾ ਵਾ, ਅਤੇ ਸੱਚੀ ਗੱਲ ਮੂੰਹ 'ਤੇ ਕਹਿਣੀ ਆ, ਅਤੇ ਆਪਦੇ ਹੱਕ ਤੋਂ ਪਿੱਛੇ ਨਹੀਂ ਹਟਣਾ। ਸੋ ਇਹੋ ਜਿਹੇ ਵਾਰਸ ਨੇ ਸਰ। ਬਿਲਕੁਲ, ਰਣਜੀਤ ਸਿੰਘ ਤਲਵੰਡੀ ਦੇ ਬਾਰੇ ਤਮਾਮ ਲੋਕਾਂ ਦੀ ਜਿਹੜੀ ਰਾਏ ਹੈ ਉਹ ਕਿਤੇ ਨਾ ਕਿਤੇ ਇਹੋ ਜਿਹੀ ਹੀ ਹੈ, ਕਿਉਂਕਿ ਰਣਜੀਤ ਸਿੰਘ ਤਲਵੰਡੀ ਇੱਕ ਐਸੇ ਸ਼ਖਸੀਅਤ ਸੀਗੇ ਕਿ ਜਿਨ੍ਹਾਂ ਨੇ ਲੋਕਾਂ ਦੀ ਹਮੇਸ਼ਾ ਮਦਦ ਕਰਨ ਲਈ ਹਮੇਸ਼ਾ ਤੱਤ 'ਤੇ ਰਹਿੰਦੇ ਸੀਗੇ। ਮੈਂ ਤਸਵੀਰਾਂ ਉਹਨਾਂ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਚਾਹੂੰਗਾ, ਮੈਂ ਆਪਣੇ ਕੈਮਰਾਮੈਨ ਨੂੰ ਉਹ ਦਿਖਾਂ ਕਿ ਕੀਰਤਨ ਹੋ ਰਿਹਾ ਵੈ ਔਰ ਇੱਕ ਕਮਰੇ ਦੇ ਵਿੱਚ ਉਹਨਾਂ ਦਾ ਪਾਰਥਿਵ ਸਰੀਰ ਜਿਹੜਾ ਹੈਗਾ ਉਹ ਰੱਖਿਆ ਗਿਆ ਵੈ। ਅੰਤਿਮ ਦਰਸ਼ਨਾਂ ਵਾਸਤੇ ਲੋਕ ਆ ਰਹੇ ਨੇ, ਅੰਤਿਮ ਦਰਸ਼ਨ ਕਰ ਰਹੇ ਨੇ, ਅਤੇ ਕਿਹਾ ਜਾ ਰਿਹਾ ਵੈ ਕਿ ਲਗਭਗ 2 ਵਜੇ ਦੇ ਆਸ ਪਾਸ ਜਿਹੜਾ ਵੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ, ਔਰ ਉਸ ਤੋਂ ਪਹਿਲਾਂ ਕਈ ਪੰਜਾਬ ਦੀ ਲੀਡਰਸ਼ਿਪ ਇੱਥੇ ਆਉਣ ਦੇ ਅਨੁਮਾਨ ਲਗਾਏ ਜਾ ਰਹੇ ਨੇ। ਲੁਧਿਆਣਾ ਤੋਂ ਰੋਹਿਤ ਗੋੜ, ਨਿਊਜ਼ 18।